ਫੜਿਆ ਗਿਆ ਅੰਮ੍ਰਿਤਪਾਲ 18 ਤਰੀਕ ਦੀ ਗੱਲ ਹੈ ਸਿਰਫ ਅੰਮ੍ਰਿਤਪਾਲ ਹੀ ਬਚ ਕੇ ਨਿਕਲ ਗਿਆ ਉਹਦੇ ਸਾਰੇ ਐਸੋਸੀਏਟ ਫੜ ਹੋ ਗਏ ਵੈਪਨ ਰਿਕਵਰ ਹੋ ਗਏ ਉਹ ਇਕੱਲਾ ਹੀ ਬਚ ਕੇ ਨਿਕਲ ਗਿਆ ਹਜਮ ਹੁੰਦੀ ਹੈ ਗੱਲ ਹੋ ਸਕਦਾ ਨਹੀਂ ਤੇ ਤੁਸੀਂ ਇੱਕ ਗੱਡੀ 'ਚ 6 ਬੰਦੇ ਨੇ ਤੁਸੀਂ 5 ਫੜ ਲਿਆ ਤੇ ਇੱਕ ਸੇਵਾ ਨਿਕਲ ਗਿਆ ਜਾਂ ਤੇ ਤੁਹਾਡੇ ਅੰਦਰ ਕੋਈ ਇਹੋ ਜਿਹੇ ਮੋਲ ਹੈਗੇ ਜਿਨ੍ਹਾਂ ਨੇ ਉਹਨੂੰ ਭਜਾ ਦਿੱਤਾ ਪਾਣੀ ਸਿਰ ਤੋਂ ਨਿਕਲ ਗਿਆ ਫਿਰ ਤੁਸੀਂ ਐਕਸ਼ਨ ਲੈਣਾ ਸ਼ੁਰੂ ਕੀਤਾ ਔਰ ਹੁਣ ਤੁਸੀਂ ਐਨਐਸਏ ਦੇ ਆ ਗਏ ਹੋ ਹੁਣ ਉਹ ਕਹਿ ਰਹੇ ਖਾਲਿਸਤਾਨੀ ਵੀ ਹੈ ਆਈਐਸਆਈ ਵਾਲਾ ਵੀ ਹੈ ਉਹ ਔਰਤਾਂ ਨੂੰ ਵੀ ਮਾੜੇ ਮੈਸੇਜ ਭੇਜਦਾ ਤੁਸੀਂ ਹੁਣ ਸਾਰਾ ਕੁਝ ਸ਼ੁਰੂ ਹੋ ਗਿਆ ਪਹਿਲਾਂ ਕਿਉਂ ਨਹੀਂ ਸੀ ਲਾਅ ਐਂਡ ਆਰਡਰ ਕਿੱਧਰ ਜਾ ਰਿਹਾ ਪੰਜਾਬ ਦਾ ਜੋ ਇਹਨਾਂ ਨੇ ਦੱਸਿਆ ਵੀ ਬਦਲਾਅ ਕਰਨ ਲਿਆਵਾਂਗੇ ਉਹ ਫਿਰ ਪਰ ਉਸ ਤਰ੍ਹਾਂ ਦਾ ਬਦਲਾਅ ਆਇਆ ਕੋਈ ਨਹੀਂ ਜੋ ਡਰੱਗਸ ਦੀ ਪ੍ਰੋਬਲਮ ਸੀ ਉਹ ਉਸੇ ਤਰ੍ਹਾਂ ਹੀ ਰਹੀ ਸਿੱਧੂ ਮੂਸੇਵਾਲੇ ਨੂੰ ਗੈਂਗਸਟਰਾਂ ਨੇ ਮਾਰ ਦਿੱਤਾ ਮਿੱਡੂ ਖੇੜਾ ਮਰਦਾ ਉਸ ਤੋਂ ਬਾਅਦ ਅੰਮ੍ਰਿਤਪਾਲ ਦਾ ਇਸ਼ੂ ਨਿਕਲ ਆਇਆ ਦੇਖੋ ਜਦੋਂ ਥਾਣਿਆਂ ਦੇ ਵਿੱਚ ਲੋਕ ਇਸ ਤਰ੍ਹਾਂ ਵੜ ਰਹੇ ਨੇ ਕਿਹੜਾ ਬਾਹਰੋਂ ਆ ਕੇ ਬਿਜ਼ਨਸਮੈਨ ਪੰਜਾਬ 'ਚ ਇਨਵੈਸਟ ਕਰੇਗਾ ਸੋ ਪੰਜਾਬ 'ਚ ਲਾਅ ਐਂਡ ਆਰਡਰ ਦੇ ਕੀ ਹਾਲਾਤ ਚੱਲ ਰਹੇ ਨੇ ਸਾਡੇ ਨਾਲ ਉਹ ਪੰਜਾਬ ਦੇ ਸਾਬਕਾ ਆਈਪੀਐਸ ਅਧਿਕਾਰੀ ਮੌਜੂਦ ਨੇ ਜਿਨ੍ਹਾਂ ਨੇ ਬਲੈਕ ਥੰਡਰ ਵੀ ਡੀਲ ਕੀਤਾ ਹੈਗਾ ਮੈਂ ਗੱਲ ਕਰ ਰਿਹਾ ਐਸਐਸ ਵਿਰਕ ਦੀ ਵਿਰਕ ਸਾਹਿਬ ਤੁਸੀਂ ਬਲੈਕ ਥੰਡਰ ਵੀ ਡੀਲ ਕੀਤਾ ਉਦੋਂ ਡੀਲ ਕੀਤਾ ਸੀ ਲਾਅ ਐਂਡ ਆਰਡਰ ਕਿੱਧਰ ਜਾ ਰਿਹਾ ਪੰਜਾਬ ਦਾ ਨਹੀਂ ਦੇਖੋ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦੇ ਮੈਂਡੇਟ ਪਬਲਿਕ ਦਾ ਜਿਹੜਾ ਸਪੋਰਟ ਸੀ ਆਮ ਆਦਮੀ ਪਾਰਟੀ ਨੂੰ ਮਿਲੀ ਔਰ 92 ਸੀਟਾਂ ਲੈ ਕੇ 117 'ਚੋਂ ਇਹ ਪਾਵਰ 'ਚ ਆਏ ਸਾਨੂੰ ਉਮੀਦ ਸੀ ਕਿ ਜੋ ਇਹਨਾਂ ਨੇ ਦੱਸਿਆ ਵੀ ਬਦਲਾਅ ਕਰਨ ਲਿਆਵਾਂਗੇ ਉਹ ਫਿਰ ਪਰ ਉਸ ਤਰ੍ਹਾਂ ਦਾ ਬਦਲਾਅ ਆਇਆ ਕੋਈ ਨਹੀਂ ਅਫਸੋਸ ਨਾਲ ਕਹਿਣਾ ਪੈਂਦਾ ਜੋ ਡਰੱਗਸ ਦੀ ਪ੍ਰੋਬਲਮ ਸੀ ਉਹ ਉਸੇ ਤਰ੍ਹਾਂ ਹੀ ਰਹੀ ਸਿੱਧੂ ਮੂਸੇਵਾਲੇ ਨੂੰ ਗੈਂਗਸਟਰਾਂ ਨੇ ਮਾਰ ਦਿੱਤਾ ਗੈਂਗਸਟਰ ਉਦੋਂ ਬਾਅਦ ਆਮ ਕਾਰਵਾਈਆਂ ਕਰਨ ਲੱਗ ਪਏ ਆਪਸ ਗੈਂਗਵਾਰ ਹੋਣ ਲੱਗ ਪਈ ਵਿੱਕੀ ਮਿੱਡੂ ਖੇੜਾ ਮਰ ਅੱਛਾ ਉਦੋਂ ਬਾਅਦ ਅੰਮ੍ਰਿਤਪਾਲ ਦਾ ਇਸ਼ੂ ਨਿਕਲ ਆਇਆ ਅੱਛਾ ਈਵਨ ਪੰਜਾਬ ਦੇ ਵਿੱਚ ਜਦੋਂ ਅੱਤਵਾਦ ਪੂਰੀ ਤਰ੍ਹਾਂ ਸੀ ਕਦੇ ਥਾਣੇ 'ਚ ਇਸ ਤਰ੍ਹਾਂ ਲੋਕ ਵੜੇ ਨਹੀਂ ਸੀ ਜਿੰਨਾ 23 ਫਰਵਰੀ ਨੂੰ ਥਾਣੇ ਦੇ ਅੰਦਰ ਵੜ ਪਏ ਔਰ ਉਹ ਵੀ ਕਦੋਂ ਜਦੋਂ CM ਸਾਹਿਬ ਇਨਵੈਸਟਰਾਂ ਨਾਲ ਇਨਵੈਸਟਮੈਂਟ ਇਨ ਪੰਜਾਬ ਦੀ ਮੀਟਿੰਗ ਕਰ ਰਹੇ ਸਨ ਦੇਖੋ ਜਦੋਂ ਥਾਣਿਆਂ ਦੇ ਵਿੱਚ ਲੋਕ ਇਸ ਤਰ੍ਹਾਂ ਵੜ ਰਹੇ ਨੇ ਕਿਹੜਾ ਬਾਹਰੋਂ ਆ ਕੇ ਬਿਜ਼ਨਸਮੈਨ ਪੰਜਾਬ 'ਚ ਇਨਵੈਸਟ ਕਰੇਗਾ ਇਹ ਤੁਸੀਂ ਆਪ ਸੋਚੋ ਕੀ ਲੱਗਦਾ ਵਿਰਕ ਸਾਹਿਬ ਪੁਲਿਸ ਦਾ ਉਹ ਫੇਲੀਅਰ ਸੀ ਮਜਬੂਰੀ ਸੀ ਉਹਨਾਂ ਨੂੰ ਰੋਕਣਾ ਨਹੀਂ ਕਿ ਪੋਲੀਟੀਕਲ ਪ੍ਰੈਸ਼ਰ ਜਦੋਂ ਕੋਈ ਇਸ ਤਰ੍ਹਾਂ ਕਰੇ ਤੇ ਤੁਹਾਡੇ ਕੋਲ ਇੰਟੈਲੀਜੈਂਸ ਨਹੀਂ ਹੈ ਵੀ ਲੋਕ ਆ ਰਹੇ ਨੇ ਉਹਨਾਂ ਨੂੰ ਦਰਿਆਵਾਂ ਦੇ ਉੱਤੇ ਪੁਲ ਨੇ ਉੱਥੇ ਰੋਕ ਸਕਦੇ ਸੀ ਕਿਉਂ ਨਹੀਂ ਰੋਕਿਆ ਕਿਉਂ ਉਹਨਾਂ ਨੂੰ ਇਕੱਠੇ ਹੋਣ ਦਿੱਤਾ ਜੇਕਰ ਇਕੱਠੇ ਹੋਣਾ ਹੀ ਸੀ ਉੱਥੇ ਤੁਸੀਂ ਕਿਉਂ ਬੰਦੋਬਸਤ ਨਹੀਂ ਰੱਖਿਆ ਸਟਰੋਂਗ ਉਹਨਾਂ ਨੂੰ ਕੰਟੇਨ ਕਰਨ ਲਈ ਜੇਲ੍ਹ ਦੇ ਅੰਦਰ ਤੁਹਾਡੀ ਗੈਂਗਵਾਰ ਹੋ ਰਹੀ ਹੈ ਅੱਛਾ ਮਤਲਬ ਇਹ ਚੀਜ਼ ਜਿਹੜੀ ਹੈ ਮੈਨੂੰ ਇਹ ਲੱਗਦਾ ਕਿ ਲਾਅ ਐਂਡ ਆਰਡਰ ਦਾ ਇੱਕ ਟੋਟਲ ਕੋਲੈਪਸ ਜਿਹਨੂੰ ਕਹਿੰਦੇ ਆਪਾਂ ਵੀ ਖਾਤਮਾ ਹੈਗਾ ਕੀ ਲੱਗਦਾ ਤੁਹਾਨੂੰ ਕਿ 5 ਮਹੀਨੇ ਪਹਿਲਾਂ ਜਦੋਂ ਪੰਜਾਬ 'ਚ ਐਂਟਰ ਕਰਦਾ ਅੰਮ੍ਰਿਤਪਾਲ ਹਾਂਜੀ ਥੋੜ੍ਹਾ ਜਿਹਾ ਉਹਨੂੰ ਪੋਲੀਟੀਕਲ ਸ਼ੈਲਟਰ ਸੀਗਾ ਅੰਮ੍ਰਿਤਪਾਲ ਨੂੰ ਨਹੀਂ ਦੇਖੋ ਅੰਮ੍ਰਿਤਪਾਲ ਭੱਜ ਗਿਆ ਜਾਂ ਫੜਿਆ ਗਿਆ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਮੈਂ ਕਹਿੰਦਾ ਵੀ ਜਦੋਂ ਵੀ ਕੋਈ ਕਾਨੂੰਨ ਤੋੜਦਾ ਨਾ ਉਹ ਸਰਕਾਰ ਨੂੰ ਉਹਦੇ ਨਾਲ ਸਟਰੋਂਗਲੀ ਡੀਲ ਕਰਨਾ ਚਾਹੀਦਾ ਜੇ ਸਟਰੋਂਗਲੀ ਟਾਈਮ ਦੇ ਉੱਤੇ ਡੀਲ ਕਰ ਲਓ ਤੁਹਾਨੂੰ ਫਿਰ ਬਹੁਤੀਆਂ ਪ੍ਰੋਬਲਮਸ ਕ੍ਰੀਏਟ ਨਹੀਂ ਹੁੰਦੀਆਂ ਅੱਛਾ ਜਦੋਂ ਉਹ ਸ਼ੁਰੂ ਕਰ ਰਿਹਾ ਸੀ ਉਦੋਂ ਤੁਸੀਂ ਉਹਨੂੰ ਕੁਛ ਨਹੀਂ ਕੀਤਾ ਜੀ ਮਤਲਬ ਪਤਾ ਨਹੀਂ ਜੇ ਹੁਣ ਉਹ ਕਹਿ ਰਹੇ ਖਾਲਿਸਤਾਨੀ ਵੀ ਹੈ ਆਈਐਸਆਈ ਵਾਲਾ ਵੀ ਹੈ ਉਹ ਔਰਤਾਂ ਨੂੰ ਵੀ ਮਾੜੇ ਮੈਸੇਜ ਭੇਜਦਾ ਤੁਸੀਂ ਹੁਣ ਸਾਰਾ ਕੁਝ ਸ਼ੁਰੂ ਹੋ ਗਿਆ ਪਹਿਲਾਂ ਕਿਉਂ ਨਹੀਂ ਸੀ ਇੱਕਦਮ ਤਾਂ ਹੋਇਆ ਨਹੀਂ ਹਾਂ ਮੇਰਾ ਮਤਲਬ ਸੀ ਵੀ ਜੇ ਸਾਰਾ ਕੁਝ ਹੋ ਰਿਹਾ ਸੀ ਕਿਤੇ ਇੱਦਾਂ ਤਾਂ ਨਹੀਂ ਵੀ ਤੁਸੀਂ ਉਹਦਾ ਲਿਹਾਜ਼ ਕਰ ਰਹੇ ਸੀ ਦੇਖੋ ਉਦੋਂ ਇਹ ਵੀ ਇਲੈਕਸ਼ਨਾਂ 'ਚ ਆਇਆ ਸੀ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਫੰਡਿੰਗ ਹੈ ਉਹ NRIs ਨੇ ਜਿਨ੍ਹਾਂ ਦੇ ਖਾਲਿਸਤਾਨ ਬੈਂਟ ਆਫ ਮਾਇੰਡ ਹੈ ਉਹਨਾਂ ਨੇ ਕੀਤੀ ਸੀ ਕਿਤੇ ਇਹ ਤਾਂ ਨਹੀਂ ਵੀ ਪਹਿਲਾਂ ਤੁਸੀਂ ਉਹਨਾਂ ਨੂੰ ਲੀਨੀਅੰਟ ਵਿਊ ਲਿਆ ਜਦੋਂ ਪਾਣੀ ਸਿਰ ਤੋਂ ਨਿਕਲ ਗਿਆ ਫਿਰ ਤੁਸੀਂ ਐਕਸ਼ਨ ਲੈਣਾ ਸ਼ੁਰੂ ਕੀਤਾ ਔਰ ਹੁਣ ਤੁਸੀਂ NSA ਦੇ ਆ ਗਏ ਹੋ ਅੱਛਾ ਇਹ ਚੀਜ਼ ਕਿੰਨੀ ਕੁ ਵਿਰਕ ਸਾਹਿਬ ਤੁਹਾਨੂੰ ਸਹੀ ਲੱਗਦੀ ਹੈ ਕਿ ਜਿਸ ਦਿਨ ਫੜਿਆ ਗਿਆ ਅੰਮ੍ਰਿਤਪਾਲ 18 ਤਰੀਕ ਦੀ ਗੱਲ ਹੈ ਸਿਰਫ ਅੰਮ੍ਰਿਤਪਾਲ ਹੀ ਬਚ ਕੇ ਨਿਕਲ ਗਿਆ ਉਹਦੇ ਸਾਰੇ ਐਸੋਸੀਏਟ ਫੜ ਹੋ ਗਏ ਵੈਪਨ ਰਿਕਵਰ ਹੋ ਗਏ ਉਹ ਇਕੱਲਾ ਹੀ ਬਚ ਕੇ ਨਿਕਲ ਗਿਆ ਹਜਮ ਹੁੰਦੀ ਹੈ ਗੱਲ ਇਹਦਾ ਮੈਂ ਜਵਾਬ ਨਹੀਂ ਦੇ ਸਕਦਾ ਲੀਡ ਕਰਦੇ ਰਹੇ ਹੋ ਤੁਸੀਂ ਪੁਲਿਸ ਡਿਪਾਰਟਮੈਂਟ ਨੂੰ ਲੀਡ ਕਰਦੇ ਰਹੇ ਹੋ ਇਸ ਕਰਕੇ ਨਹੀਂ ਹੋਣਾ ਨਹੀਂ ਚਾਹੀਦਾ ਦੇਖੋ ਹੋ ਸਕਦਾ ਨਹੀਂ ਵੀ ਤੁਸੀਂ ਇੱਕ ਗੱਡੀ 'ਚ 6 ਬੰਦੇ ਨੇ ਤੁਸੀਂ 5 ਫੜ ਲਿਆ ਤੇ ਇੱਕ ਸੇਵਾ ਨਿਕਲ ਗਿਆ ਨੋਰਮਲੀ ਇੱਦਾਂ ਨਹੀਂ ਸੀ ਹੋਣਾ ਚਾਹੀਦਾ ਜਾਂ ਤਾਂ ਤੁਹਾਡੇ ਅੰਦਰ ਕੋਈ ਇਹੋ ਜਿਹੇ ਮੋਲ ਹੈਗੇ ਜਿਨ੍ਹਾਂ ਨੇ ਉਹਨੂੰ ਭਜਾ ਦਿੱਤਾ ਜੀ ਤੁਹਾਡੇ ਸਿਸਟਮ ਦੇ ਅੰਦਰ ਜਾਂ ਕੋਈ ਹੋਰ ਕਾਰਨ ਹੈ ਜਿਹਦੇ ਕਰਕੇ ਤੁਸੀਂ ਉਹਨੂੰ ਛੱਡਤਾ ਜੀ ਵੀ ਦੇਖਾਂਗੇ
ਮਤਲਬ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਸੀ, ਓਵਰਆਲ ਤੁਸੀਂ 1 ਸਾਲ ਦੀ ਪਰਫਾਰਮੈਂਸ ਕਿੱਦਾਂ ਦੇਖਦੇ ਹੋ ਆਪ ਪਾਰਟੀ ਦੀ? ਮੇਰੇ ਖਿਆਲ 'ਚ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਬਹੁਤ ਮਿਹਨਤ ਕਰਨੀ ਪਵੇਗੀ ਔਰ ਆਪਣੇ ਆਪ ਨੂੰ ਪ੍ਰੂਵ ਕਰਨਾ ਪਵੇਗਾ। ਦੇਖੋ ਕਦੇ ਵੀ ਜੇ ਤੁਸੀਂ ਸਿਰਫ ਸੋਚੋ ਵੀ ਅਰਦਾਸ ਕਰਨ ਨਾਲ ਲਾਅ ਐਂਡ ਆਰਡਰ ਠੀਕ ਹੋ ਜਾਊ, ਨਹੀਂ, ਤੁਹਾਨੂੰ ਉਹਦੇ ਲਈ ਮਿਹਨਤ ਕਰਨੀ ਪੈਣੀ ਹੈ, ਫੋਰਸ ਨੂੰ ਤਿਆਰ ਕਰਨਾ ਪੈਣਾ, ਤਿਆਰ ਕਰਕੇ ਉਹਨਾਂ ਦੀ ਲੀਡਰਸ਼ਿਪ ਡਿਵੈਲਪ ਕਰਨੀ ਪੈਣੀ ਹੈ, ਉਹਨਾਂ ਨੂੰ ਪ੍ਰੋਫੈਸ਼ਨਲਾਈਜ਼ ਕਰਨਾ ਪੈਣਾ ਔਰ ਉਹਨਾਂ ਨੂੰ ਵੰਗਾਰਨਾ ਪੈਣਾ ਵੀ ਕਾਕਾ ਤੁਸੀਂ ਪੰਜਾਬ ਨੂੰ ਸ਼ਾਂਤ ਰੱਖਣਾ, ਤੁਸੀਂ ਇਹ ਫੋਰਸ ਹੈ ਜਿਹਨੇ ਟੈਰਰਿਜ਼ਮ ਕੰਟਰੋਲ ਕੀਤਾ ਸੀ ਅਤੇ ਮੇਰੇ ਖਿਆਲ 'ਚ ਇਹ ਰਿਜ਼ਲਟ ਤੁਹਾਨੂੰ ਹੁਣ ਵੀ ਦੇਵੇਗੀ ਜੇਕਰ ਇਹਨਾਂ ਨੂੰ ਚੰਗੀ ਤਰ੍ਹਾਂ ਇਸਤੇਮਾਲ ਕੀਤਾ ਜਾਏ। ਬਾਈ ਇਲੈਕਸ਼ਨ 10 ਮਈ ਨੂੰ ਹੈਗੇ ਨੇ ਪੰਜਾਬ ਜਲੰਧਰ MP ਇਲੈਕਸ਼ਨ, ਕੀ ਸਥਿਤੀ ਦੇਖਦੇ ਹੋ ਭਾਜਪਾ ਦੀ? ਦੇਖੋ ਇਸ ਤਰ੍ਹਾਂ ਹਾਲੇ ਅੱਜ ਹੀ ਅਨਾਊਂਸ ਹੋਇਆ ਅਤੇ ਬਾਕੀ ਹੁਣ ਜਾ ਕੇ ਹਾਲੇ ਪਾਰਟੀ ਰਣਨੀਤੀ ਬਣਾਏਗੀ ਕਿਸ ਤਰ੍ਹਾਂ ਬਣਾਉਂਦੀ, ਫਿਰ ਅਸੀਂ ਜਿਸ ਤਰ੍ਹਾਂ ਪਾਰਟੀ ਕਹੇਗੀ ਉਸ ਤਰ੍ਹਾਂ ਚੱਲਾਂਗੇ ਜੀ। ਪਰ ਮੈਨੂੰ ਉਮੀਦ ਹੈ ਕਿ ਪਾਰਟੀ ਆਪਣਾ ਠੀਕ ਕੰਮ ਕਰੇਗੀ, ਠੀਕ ਪਰਫਾਰਮੈਂਸ ਦੇਵੇਗੀ। ਬਿਲਕੁਲ, ਸ਼ੁਕਰੀਆ ਜੀ। ਸੋ SS ਵਿਰਕ ਜਿਹੜੇ ਸਾਬਕਾ IPS ਨਾਲ ਸਾਡੀ ਗੱਲਬਾਤ ਜਿਹੜਾ ਚੱਲ ਰਹੀ ਸੀ ਲਾਅ ਐਂਡ ਆਰਡਰ ਨੂੰ ਲੈ ਕੇ, ਜ਼ਰੂਰ ਜਿਹੜੇ ਪੰਜਾਬ ਦੇ ਵੀ DGP ਰਹਿ ਚੁੱਕੇ ਨੇ ਸਵਾਲ ਖੜੇ ਕੀਤੇ ਨੇ ਕਿ ਅੰਮ੍ਰਿਤਪਾਲ ਦੇ ਟੌਪਿਕ 'ਤੇ 6 ਬੰਦੇ ਗੱਡੀ ਛੋਣ ਅਤੇ 5 ਤੁਸੀਂ ਫੜ ਲਓ, 1 ਬਚ ਜੇ, ਇਹ ਗੱਲ ਕਿਤੇ ਹਜਮ ਹੋਣ ਵਾਲੀ ਲੱਗਦੀ ਨਹੀਂ ਹੈਗੀ। ਸੋ ਸਰਕਾਰ ਦੀ ਆਪਾਂ ਇਹਨੂੰ ਕਹੀਏ ਫੇਲੀਅਰ ਜ਼ਰੂਰ ਹੈਗਾ ਰੂਲਿੰਗ ਗੌਰਮੈਂਟ ਦਾ, ਅਤੇ ਕਿਤੇ ਨਾ ਕਿਤੇ ਸਰਕਾਰ ਨੂੰ ਆਪਣੀ ਪੜਚੋਲ ਕਰਨ ਦੀ ਲੋੜ ਹੈ। ਵਿਜੇ ਮੋਹਨ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।